ਬਿਲਕੁਲ ਪਿੰਡ 'ਚ ਨਾ ਹੱਥ ਲਖਾਨੇ 'ਚ ਖੜ੍ਹੇ ਹਾਂ ਅਤੇ ਆਹ ਦੇਖੋ ਆਪਣੇ ਨਾਲ ਆਹ ਮਿੱਤਰ ਖੜ੍ਹੇ ਨੇ ਇੰਨੇ, ਅੱਜ ਪੂਰਾ ਨਾ ਵਿਆਹ ਵਾਲਾ ਕੰਮ ਹੋਊਗਾ। ਬਾਈਆਂ ਨੇ ਮਤਲਬ ਇੰਨਾ ਇਕੱਠ, ਅੱਜ ਘੋੜਾ ਲਾਉਂਚ ਕਰਿਆ ਆਪਾਂ ਬਾਈਆਂ ਦਾ, ਅਤੇ ਘੋੜਾ ਲਿਆਂਦਾ ਬਾਈਆਂ ਨੇ ਨੂਰਾ ਘੋੜਾ, ਤੁਹਾਨੂੰ ਆਪਾਂ ਦੂਜੀ ਵੀਡੀਓ 'ਚ ਦਿਖਾਵਾਂਗੇ, ਬਾਕੀ ਇਹਦੇ 'ਚ ਤੁਹਾਨੂੰ ਡਿਟੇਲ ਮਾੜੀ ਮੋਟੀ ਆਪਾਂ ਦੱਸਾਂਗੇ। ਅਤੇ ਵੀਰ ਹੋਰਾਂ ਨੇ ਜਾਨਵਰ ਕਾਫੀ ਰੱਖੇ ਹੋਏ ਆ, ਵੈਸੇ ਤਿੰਨ ਭਰਾਵਾਂ ਨੇ ਘੋੜਾ ਲਿਆ ਦੋਸਤੋ ਇਹ, ਅਤੇ ਤਿੰਨੇ ਭਰਾਵਾਂ ਨੇ ਜਾਨਵਰ ਵੀ ਕਾਫੀ, ਸਾਰੇ ਭਰਾਵਾਂ ਨੇ ਰੱਖੇ ਹੋਏ ਆ ਜਾਨਵਰ ਤਾਂ। ਅਤੇ ਅੱਜ ਤੁਹਾਨੂੰ ਬਾਈ ਮਣੀ ਦੇ ਜਾਨਵਰ ਦਿਖਾਉਣੇ, ਕਿਉਂਕਿ ਮਣੀ ਦੇ ਆਪਾਂ ਘਰੇ ਇੰਟਰਵਿਊ ਕਰੀ ਸੀ ਬਾਈ ਦੇ, ਅਤੇ ਮੈਂ ਬਾਈ ਆ ਜਾ ਫਿਰ ਹੁਣ ਜਾਨਵਰ ਸੋਹਣੇ ਲੱਗੇ ਮੈਨੂੰ, ਅਤੇ ਮੈਂ ਦਿਖਾ ਦਈਏ ਬਾਈ ਸਵਾਗਤ ਆ ਸਾਰੇ ਭਰਾਵਾਂ ਦਾ। ਧੰਨਵਾਦ। ਉਹ ਗੱਲਬਾਤ ਜੀ ਮੂਹਰਲੀ ਬਾਹਲੀ ਲੰਮੀ ਲੈ ਗਏ ਆਪਾਂ ਚੌੜ ਚੌੜ 'ਚ, ਅਤੇ ਆਹ ਘੋੜੀ ਬਾਈ ਲੈਂਥ ਲੂੰਥ ਹੀ ਬੜੀ ਆ ਬਾਈ, ਲੰਮੀ ਬੜੀ ਆ ਤਾਂ। ਹਾਂਜੀ ਹਾਂਜੀ ਬਾਈ, ਆਹੀ ਮੈਂ ਪਹਿਲਾਂ ਦੋਸਤੋ ਘੋੜੀ ਦੇਖੋ ਕਿੱਡੀ ਲੰਮੀ ਆ, ਹੈ ਨਾ। ਇਹ ਬਾਈ ਇਹ ਹੈਗੀ ਆਪ ਖਲੀ ਘੋੜੇ ਦੀ, ਡਾਕਟਰ ਮੱਲਿਆ ਕੋਲ ਘੋੜਾ ਹੁੰਦਾ ਸੀ ਬਾਈ, ਹੁਣ ਠੀਕ ਆ ਬਾਈ, ਹੁਣ ਤਾਂ ਕਦਰ ਕਦਰ ਜਗਰਾਜ ਕੋਲੇ ਬਾਈ, ਕੱਲ ਪਰਸੋਂ ਮੈਂ ਵੀਡੀਓ ਪਾ ਕੇ ਵੀਡੀਓ ਕਰਕੇ ਆਇਆ, ਉਹ ਘੋੜੇ ਦੀ ਬੱਚੀ ਆ ਬਾਈ ਆਪ ਇਹ, ਠੀਕ ਆ ਬਾਈ, ਖਲੀ ਦੀ ਬੱਚੀ, ਖਲੀ ਬੱਚੀ ਆ, ਇਹਦੀ ਮਾਂ ਸਮੁੰਦਰ ਦੀ ਸੀ ਬਾਈ, ਠੀਕ ਆ ਬਾਈ, ਤੇ ਬਸ਼ੇਰਾ ਦੀ ਮਗਰ, ਹੁਣ ਮੰਨ ਲਓ ਵੀ ਮਹਾਦੇਵ ਦਾ ਬਸ਼ੇਰਾ, ਮਹਾਦੇਵ ਅਗਲੀ ਗੱਲ ਦਾ, ਠੀਕ ਆ ਬਾਈ, ਮਾਂ ਇਹਦੀ ਸਮੁੰਦਰ ਦੀ ਸੀ, ਮਾਂ ਇਹਦੀ ਸਮੁੰਦਰ ਸੀ, ਮੈਂ ਬਾਈ ਇਹਦੀ ਮਾਂ ਲੈ ਕੇ ਆਈ ਨਿੱਕੀ ਜਿਹੀ ਘੋੜੀ ਮਗਰ, ਜਿੱਦਾਂ ਕਿ ਬਸ਼ੇਰਾ ਐਡੀ ਸੀ ਉਦੋਂ ਦੀ ਮਾਂ, ਠੀਕ ਆ ਬਾਈ, ਘੋੜੀ ਦੀ ਬਾਈ ਗਰਦਨ ਬੇਲ ਬੂਲ ਬਹੁਤ ਲੰਮੀ ਆ, ਹਾਂਜੀ ਹਾਂਜੀ ਬਾਈ ਬਹੁਤ, ਤੇ ਕਿੰਨੇ ਕ ਹਾਈਟ ਕਿੰਨੀ ਆ ਬਾਈ ਇਹਦੀ, ਇਹਦੀ ਬਾਈ ਪ੍ਰੋਪਰ 62 ਇੰਚ ਹਾਈਟ ਆ, ਠੀਕ ਆ ਬਾਈ, ਹਾਂਜੀ 62 ਇੰਚ ਹਾਈਟ ਆ, ਹੁਣ ਇਹ ਕਿਵੇਂ ਸੂਏ ਬਾਈ ਇਹ, ਇਹ ਬਾਈ ਤੀਜੇ ਸੂਏ ਆ, ਠੀਕ ਆ, ਹਾਂ ਆਪਣੀ ਘਰ ਦੀ ਬੱਚੀ ਆ ਇਹ, ਠੀਕ ਘਰ ਘਰ ਦੀ ਬੱਚੀ ਆ, ਘੋੜੀ ਵੀ ਕਰਦੀ ਘਰ ਦੀ ਬਾਈ ਕਰਦੀ, ਇਹਦੀ ਮਾਂ ਵੀ ਐਡੀ ਕਿ ਲੈ ਕੇ ਆਈ ਛੋਟੀ ਜਿਹੀ ਨਿੱਕੀ ਜੀ ਮਸੋ, ਠੀਕ ਆ ਬਾਈ, ਮਹੀਨੇ ਕੀ ਦੀ ਬੱਚੀ ਸੀ ਇਹਦੀ ਮਾਂ, ਤੇ ਉਹਦੀ ਸਪੇਅਰ ਮੰਨ ਲਓ ਪਹਿਲੇ ਇੱਕ ਸੂਆ ਸੂ ਕੇ ਦੂਜੇ ਸੂਏ ਸੂਣਾ ਸੀ ਘੋੜੀ ਮਾਂ ਇਹਦੀ ਨੇ, ਅੱਛਾ ਬਾਈ, ਤੇ ਉਹ ਸਪੇਅਰ ਹੋ ਗਈ ਸੀ ਬਾਈ, ਮੰਨ ਲਓ ਤੂੜੀ ਨਵੀਂ ਪਾਤੀ ਸੀ, ਠੀਕ ਆ ਬਾਈ, ਉਹ ਫਿਰ ਮੰਨ ਲਓ ਪਹਿਲੀ ਬੱਚੀ ਇਹ ਦੇਖ ਗਈ ਤੇ ਪਹਿਲੀ, ਹਾਂ ਪਹਿਲੀ ਰੱਖ ਲਈ ਵੀ ਸਾਰਾ ਪਹਿਲਾਂ ਹੀ ਘੋੜੀ ਆਪਾਂ ਮਾਂ ਵੀ ਆਈ ਸੀਗੀ ਐਡੀ, ਮਾਂ ਵੀ ਇਦੋਂ ਵੀ ਡਬਲ ਸੀ ਵੱਡੀ ਪਿੱਡ ਵੱਡੀ ਦੀ, ਇਹ ਮੰਨ ਲਓ ਉਦੋਂ ਹਾਈਟ ਵਗੈਰਾ ਦਾ ਮੇਰੇ ਪ੍ਰੋਪਰ ਯਾਦ ਆ, ਮੰਨ ਲਾ ਇਦੋਂ ਉੱਚੀ ਸੀਗੀ ਤੇ ਬਹੁਤ ਤਗੜੀ ਪਿੱਟ ਲਾ, ਬੱਚੇ ਬੱਚੇ ਦੇਣ ਨੂੰ ਘੋੜੀ ਬਹੁਤ ਚੰਗੀ, ਬੱਚੇ ਜਾਉਣ ਦੇਣ ਬਹੁਤ ਚੰਗੀ, ਹੁਣ ਇਹ ਆਪਣੇ ਕੋਲ ਤੋਂ ਹੁਣ ਇਹ ਆਪਣੇ ਤੋਂ ਨੂਰੇ ਤੋਂ ਮੇੜ ਕਰਾਤੀ ਬਾਈ ਆਪਣੇ, ਠੀਕ ਆ ਬਾਈ, ਨੂਰੇ ਤੋਂ ਕਿੱਦਾਂ ਛੱਡਿਆ ਸੀ ਬਾਈ ਨੂਰਾ, ਇਹਦੇ ਮੈਂ ਕੱਲ ਹੀ ਛੱਡਿਆ ਬਾਈ, ਕੱਲ ਹੀ ਛੱਡਿਆ ਬਾਈ, ਹਾਂਜੀ ਬਾਈ, ਠੀਕ ਆ ਬਾਈ, ਕੱਲ ਮੰਨ ਕੇ ਚਲੋ ਵੀ ਮੂਰਤ ਹੋ ਗਿਆ ਆਪਣੇ, ਹਾਂ ਇੱਕ ਘੋੜੀ ਹੋਰ ਵੀ ਮਿਲ ਕੇ ਗਈ ਆ ਬਾਈ ਆਪਾਂ ਬਾਹਰੋਂ, ਠੀਕ ਆ ਬਾਈ, ਦੋ ਘੋੜੀਆਂ ਮੇੜ ਕਰਾਤੀਆਂ ਬਾਈ, ਹਾਂਜੀ ਲਓ ਵੀ ਦੋਸਤੋ, ਹੁਣ ਤੁਸੀਂ ਵੀ ਐਂ ਝੜੀ ਲਾ ਦੇਣੀ, ਇੱਥੇ ਬਾ ਟੈਂਪੂ ਜੇ ਬਾਹਰ ਜਿਹੜੇ ਆਪਣੇ ਹੁੰਦੇ ਆ ਹਨਾ, ਟ੍ਰੇਲਰ ਜੇ ਟੈਂਪੂ ਕਹਿੰਦਾ ਸੀਗਾ, ਉਹ ਇੱਥੇ ਬਾਹਰ 'ਚ ਖੜੇ ਰਿਹਾ ਕਰਨ ਵਾਸਤੇ, ਐਂ ਭਾਲੀ ਜਿਹਾ ਕਰਨ ਵੀ ਕਿੱਥੇ ਲਾ ਕੇ ਲੱਗ ਗਏ ਜਾਨਵਰ ਨੂੰ ਹਨਾ, ਤੇ ਇੱਧਰ ਬਾਈ ਆਹ ਆਹ ਦੱਸੋ ਜੀ, ਇਹ ਬਾਈ ਬਸ਼ੇਰੀਆਂ ਬੱਚੀਆਂ ਹੀ ਹਜੇ 24 ਮਹੀਨਿਆਂ ਦੀ ਬੱਚੀ ਹੈ ਜੀ, ਇਹ ਇਸੇ ਘੋੜੀ ਦੀ ਹੈ ਬਾਈ, ਠੀਕ ਹੈ ਬਾਈ, ਇਹ ਬਾਕਰਪੁਰਾ ਨੂਰੇ ਦੀ ਹੈ ਬਾਈ, ਇਹ ਨੂਰੇ ਦੀ ਆ ਗਈ, ਹਾਂਜੀ ਹਾਂਜੀ ਬਾਈ, ਠੀਕ ਹੈ ਬਾਈ, ਮਾਂ ਇਹਦੀ ਇਹੀ ਆਪਣੀ ਮਾਂ, ਇਹੀ ਹੈ ਨੂਰੀ ਘੋੜੀ, ਤੇ ਇਹ ਆ ਗਈ ਬਾਈ ਬਾਕਰਪੁਰ ਵਾਲੇ ਨੂਰੇ ਦੀ, ਨੂਰੇ ਦੀ ਬਾਈ, ਬੱਚੀ ਬਾਈ ਬਹੁਤ ਸੋਹਣੀ ਆਈ ਹੈ ਹਨਾ, ਹਾਂ ਬਹੁਤ ਸੋਹਣੀ ਬੱਚੀ, ਸਪੋਟਲੈਸ ਆ ਬਾਈ, ਬਾਈ ਬਿਲਕੁਲ ਕਿਤੇ ਦਾਣਾ ਸੇਵਕਾ ਦਾਣਾ ਵੀ ਨਹੀਂ, ਕਿੰਨੇ ਮਹੀਨੇ ਦੱਸਿਆ ਸੀ ਬਾਈ, ਇਹ 24 ਮਹੀਨੇ ਦੀ ਬਾਈ, 24 ਮਹੀਨੇ, ਉਹ 25 ਮਹੀਨੇ ਦੀ ਹੈ, ਠੀਕ ਆ, ਇਹਦੀ ਵੀ ਬਾਈ ਬੇਲ ਬੂਲ ਉਹਦੇ ਮੂੰਹ ਹੀ ਆ ਹਨਾ, ਹਾਂ ਬਾਈ ਬਹੁਤ ਸੋਹਣੀ ਬੱਚੀ ਆ, ਬਾਕੀ ਬਾਈ ਕੰਨ ਕੁੰਨ ਬਹੁਤ ਬਹੁਤ ਸੁਨੱਖਾ ਗਾ, ਹਾਂਜੀ ਹਾਂਜੀ, ਭੌਰੀਆਂ ਭੂਰੀਆਂ ਕਰਨ ਕੋ ਬਾਈ ਡਾਨਾ ਜਮਾ ਓਕੇ ਬਾਈ, ਜਮਾ ਓਕੇ, ਕਿਤੇ ਸੇਵਕਾ ਕੁਛ ਨਹੀਂ, ਬਾਕੀ ਬਾਈ ਪ੍ਰੋਪਰ ਆਪਾਂ ਜਾਨਵਰ ਸੇਲ ਨਹੀਂ ਕਰਨੇ, ਆਪਾਂ ਘਰੇ ਬੱਚੇ ਰੱਖੇ ਹੋਏ ਆ, ਠੀਕ ਆ ਬਾਈ, ਘਰੇ ਰੱਖੇ, ਮੈਂ ਵੀ ਬਾਈ ਜਾਨਵਰ ਚੰਗੇ ਹੀ ਮਾਂ ਆਪਾਂ ਮਿੱਤਰਾਂ ਨੂੰ ਦਿਖਾ ਕੇ, ਹਾਂ ਨਹੀਂ ਬਾਈ ਸੇਲ ਨਹੀਂ ਆਪਾਂ ਕਰਨੇ, ਆਪਾਂ ਬਸ ਬ੍ਰੀਡਿੰਗ ਦਾ ਕੰਮ ਕਰਦੇ ਆ ਬਾਈ, ਬੱਚੇ ਸੇਲ ਕਰ ਦਿੰਦੇ ਆ, ਇਹਨਾਂ ਚ ਬੱਚਾ ਕੋਈ ਵੀ ਨਹੀਂ ਸੇਲ ਬਾਈ, ਬਾ ਇੱਕ ਬਸ਼ੇਰਾ ਬਾਈ ਖੜਾ ਹੈਗਾ, ਠੀਕ ਆ ਬਾਈ, ਤੇ ਉਹ ਹੈਗਾ ਅਲਵੰਦ ਦਾ ਪੋਤਾ ਬਾਈ, ਸਮੁੰਦਰ ਘੋੜਾ ਇੱਥੇ ਬਾਹ ਪਿੰਡ, ਠੀਕ ਆ, ਉਹਦਾ ਬੱਚਾ ਹੈਗਾ, ਇੱਕ ਬੱਚਾ ਹੀ ਸੇਲ ਆ, ਹਾਂ ਉਹ ਬੱਚਾ ਘੋੜੀ ਬਾਈ, ਇਹ ਕਿਹੜੀ ਲੈਣ ਚ ਆ ਗਈ, ਇਹ ਬਾਈ ਅੰਦਰ ਕਾਲੀ ਘੋੜੀ ਖੜੀ ਅੜੇ, ਅੱਛਾ ਬਾਈ, ਇਹ ਵੀ ਨੂਰੇ ਦੀ ਬਸ਼ੇਰੀ ਹੈ, 26 ਮਹੀਨੇ ਦੇ ਬਾਈ, ਇਹ 26 ਮਹੀਨੇ ਦੀ ਨੂਰੇ ਦੀ ਬਸ਼ੇਰੀ, ਇਹ ਵੀ ਦੋਨੇ ਇਕੱਠੇ ਮਲਾਏ ਸੀ ਬਾਈ ਮੈਂ, ਠੀਕ, ਘੋੜੀਆਂ ਦੋਨੇ ਇਕੱਠੇ ਲੈ ਕੇ ਗਏ ਨੂਰੇ ਕੋਲੇ, ਇਹਦੀ ਹਾਈਟ ਕਿੰਨੀ ਹੈ ਬਾਈ, ਇਹਦੀ ਬਾਈ ਪ੍ਰੋਪਰ 62 ਇੰਚ ਹੋ ਗਈ, 62 ਇੰਚ ਹੋ ਗਈ, ਹਾਂ ਬਾਈ 62 ਇੰਚ, ਠੀਕ ਹੈ ਬਾਈ, ਹਾਂਜੀ, ਤੇ ਇਹ ਮੰਨ ਕੇ ਚੱਲੋ ਆਪਣਾ ਕਿ ਆਹ
ਘੋੜੀਆਂ ਬੱਚੇ ਸੇਲ ਕਰ ਉਹਦੀ ਮਾਂ ਬਾਈ ਇਹ ਕਿਹੜੀ ਲਾਈਨ ਚੋਂ ਬਾਈ ਪਤਾ ਕੁਛ ਮੈਨੂੰ ਇਹ ਤਾਂ ਬਾਈ ਮੈਂ ਲਿਆਂਦੀ ਸੀ ਮੰਨ ਲਓ ਰੋਗਲੇ ਤੋਂ ਪਿੰਡ ਤੋਂ ਠੀਕ ਆ ਇਹ ਦੋ ਦੰਦ ਲਿਆਂਦੀ ਸੀ ਬਾਈ ਮੈਂ ਮਗਰ ਹਮਤ ਮਲਾਈ ਸੀ ਉਦੋਂ ਠੀਕ ਆ ਬਾਈ ਹੁਣ ਗੱਬਣ ਇਹ ਬਾਈ ਨਹੀਂ ਬਾਈ ਖਾਲੀ ਇਹਦੇ ਮਗਰ ਨਾ ਦੁੱਲੇ ਦੀ ਬਿਸ਼ੇਰੀ ਸੀ ਬਹੁਤ ਚੰਗੀ ਹੁਣ ਅੱਛਾ ਬਾਈ ਬਹੁਤ ਨਜਾਇਜ਼ ਚੰਗੀ ਬਿਸ਼ੇਰੀ ਸੀ ਤੇ ਸਪੇਅਰ ਹੋ ਗਈ ਬਾਈ ਬਾਈ ਤੇ ਜਣੇ ਪੀਲੀਆ ਹੋ ਗਿਆ ਸੀ ਗਰਮੀ ਬਾਹਲੀ ਸੂਪੀ ਗਰਮੀ ਬਾਹਲੀ ਸੀ ਬਾਹਲੀ ਗਰਮੀ ਜਾ ਕੇ ਸਪੇਅਰ ਹੋ ਗਈ ਬਹੁਤ ਜ਼ਿਆਦਾ ਚੰਗੀ ਬੱਚੀ ਸੀ ਬਾਈ ਇਹਦੀ ਦੁਬਾਰੀ ਹੁਣ ਕੁੜੀ ਬਹੁਤ ਚੰਗੀ ਇਹਦੀ ਹਾਈਟ ਕਿੰਨੀ ਹੈ ਬਾਈ ਇਹਦੀ ਬਾਈ ਬਸ ਮੰਨ ਲਓ 6.5 ਇੰਚ ਹੈਟ ਹੋਊਗੀ ਮਿਨੀ ਨਹੀਂ ਕਿਤੇ ਆਪਾਂ ਇੰਨੀ ਠੀਕ ਤੇ ਉਹਨਾਂ ਦੇ ਮਿਲ ਲਈ ਸੀ ਇਹ 6.5 ਇੰਚ ਦੀ ਹੋਊ ਬਾਈ ਕੁੜੀ ਹਾਂਜੀ ਹਾਂਜੀ ਮੰਨ ਕੇ ਚਲੋ ਬਾਕੀ ਸਵਾਰੀ ਸਵਾਰੀ ਦਾ ਓਕੇ ਹੋ ਬਾਈ ਜਮਾ ਹੋ ਜਮਾ ਓਕੇ ਸਵਾਰੀ ਚੜਦੇ ਹੁੰਨੇ ਬਾਈ ਫਿਰ ਕਰਦੇ ਹੁੰਨੇ ਸਵਾਰੀ ਕਿਤੇ ਕਿਤੇ ਹੀ ਚੜ ਜਾਂਦਾ ਬਾਈ ਮੈਂ ਬਾਹਲਾ ਨਹੀਂ ਚੜਦਾ ਯਾਰ ਟਾਈਮ ਨਹੀਂ ਲੱਗਦਾ ਬਾਈ ਯਾਰ ਠੀਕ ਆ ਬਾਈ ਬਾਕੀ ਬਸ ਸੇਲ ਵਾਲਾ ਬਾਈ ਬੱਚਾ ਕਿਹੜਾ ਆਹਾ ਬਸ਼ੇਰਾ ਹਾਂ ਬਾਈ ਸੇਲ ਆ ਕਰਦਾ ਹੈ ਬੱਚਾ ਹੈ ਹਾਂਜੀ ਇਹ ਸੇਲ ਕਰਨਾ ਬਾਈ ਇਹ ਸੇਲ ਕਰਦਾ ਤੇ ਇਹ ਕਿਹੜੇ ਦਾ ਬੱਚਾ ਬਾਈ ਇਹ ਬਾਈ ਸਮੁੰਦਰ ਦਾ ਹੈਗਾ ਜਿਹੜਾ ਬਾਹ ਪਿੰਡ ਹੈਪੀ ਕੋਲੇ ਅਲਵੰਦ ਦਾ ਪੋਤਾ ਬਾਈ ਇਹ ਠੀਕ ਆ ਬਾਈ ਮਲੂਕੇ ਅਲਵੰਦ ਦਾ ਪੋਤਾ ਹੈਗਾ ਹਾਂਜੀ ਹਾਂਜੀ ਬਾਈ ਤੇ ਕਿੰਨੇ ਟਾਈਮ ਦਾ ਹੋ ਗਿਆ ਬਾਈ ਇਹ ਪ੍ਰੋਪਰ ਬਾਈ 6.5 ਮਹੀਨੇ ਦਾ ਹੋ ਗਿਆ 6.5 ਮਹੀਨੇ ਦਾ ਹਾਂ ਮਾਂ ਕੁਛ ਪਤਾ ਬਾਈ ਕਿਹੜੀ ਸੀ ਇਹਦੀ ਇਹਦੀ ਮਾਂ ਬਾਈ ਆਪਣੇ ਕੋਲ ਹੀ ਹੈ ਲਾਲ ਚੰਬੀ ਘੋੜੀ ਕੁਲਵੰਤ ਦੇ ਘਰੇ ਖੜੀ ਹੈ ਕੋਟ ਪਰ ਇੱਥੇ ਮੇਰੇ ਕੋਲ ਜਗ੍ਹਾ ਕੰਮ ਘੱਟ ਕਰਕੇ ਨਾ ਕੁਲਵੰਤ ਦੇ ਕੋਟ ਪਰ ਲਾਲ ਚੰਬੀ ਘੋੜੀ ਹੈ ਬਾਈ 62 ਇੰਚ ਹੈਟ ਆ ਉਹਦੀ ਠੀਕ ਹੈ ਬਾਈ ਹਾਂ ਉਹਦਾ ਬੱਚਾ ਬਾਈ ਆਪਣੇ ਘਰ ਦੀ ਘੋੜੀ ਐ ਗਰਦਨ ਗੁਰਦਨ ਬਹੁਤ ਸੋਹਣੀ ਬਹੁਤ ਚੰਗਾ ਬੱਚਾ ਬਾਈ ਬਹੁਤ ਚੰਗਾ ਯਾਰ ਚੰਗਾ ਬੱਚਾ ਬਣਨ ਵਾਲਾ ਬਾਕੀ ਕੰਨ ਦੇਖੋ ਬਾਈ ਕਿੱਡਾ ਸੋਹਣਾ ਦੋਸਤ ਬਹੁਤ ਸੋਹਣਾ ਬੱਚਾ ਬਣਨ ਵਾਲਾ ਬਾਕੀ ਹੈਟ ਵਗੈਰਾ ਬਹੁਤ ਲੰਮੀ ਲੈ ਕੇ ਜਾਊ ਠੀਕ ਹੈ ਬਾਈ ਇਹ ਵੇਚਣਾ ਬਾਈ ਫਿਰ ਇਹ ਸੇਲ ਕਰਨਾ ਬਾਈ ਆਪਣਾ ਬੱਚਾ ਰੱਖਦੇ ਨੇ ਬਾਈ ਠੀਕ ਹੈ ਬਾਈ ਬ੍ਰੀਡਿੰਗ ਬਾਅਦ ਜਿੰਨੇ ਕੇ ਜਾਨਵਰ ਜਿੰਨੇ ਕੇਜ ਬਣੇ ਆਪਾਂ ਉਨੇ ਜਾਨਵਰ ਰੱਖਦੇ ਹਾਂ ਠੀਕ ਹੈ ਬਾਈ ਹੁਣ ਇਹਦੇ ਕਰਕੇ ਮੈਂ ਘੋੜੀ ਉੱਥੇ ਛੱਡੀ ਹੋਈ ਹੈ ਘੋੜ ਭਾਰੀ ਜਗ੍ਹਾ ਕਮੀ ਕਰਕੇ ਠੀਕ ਹੈ ਬਾਈ ਐ ਬੱਚਾ ਸਿਰ ਮੰਨ ਕੇ ਚਲੋ ਜਿੰਨੇ ਕ ਆਪਣੇ ਕੋਲ ਹੈਗਾ ਸਟੇਬਲ ਦਾ ਹਾਂ ਬਾਈ ਹਾਂ ਉਨੇ ਕੇ ਰੱਖ ਦਿਓ ਬੱਚੇ ਵੇਚ ਦਿੰਦੇ ਬੱਚੇ ਸੇਲ ਕਰਦੇ ਬਸ ਕੱਲੀਆਂ ਵਿਸ਼ੇਰੀਆਂ ਦੋ ਰੋਕੀਆਂ ਬਾਈ ਮੈਂ ਬੱਚਿਆਂ ਕਰਕੇ ਬੱਚਿਆਂ ਲਾ ਦਾਂਗੇ ਇਹਨਾਂ ਨੂੰ ਠੀਕ ਹੈ ਬੱਚਾ ਸੇਲ ਕਰ ਦਿੰਦੇ ਆ ਬਾਈ ਆਪਾਂ ਬੱਚਾ ਨਹੀਂ ਰੱਖਦੇ ਠੀਕ ਹੈ ਬਾਈ ਹਾਂਜੀ ਇੱਕ ਬਾਈ ਆਹ ਇੱਧਰ ਵੀ ਖੜੀ ਹੈ ਕੁੜੀ ਨਹੀਂ ਬਾਈ ਆਹੀ ਹੈ ਬਾਈ ਆਹੀ ਆਹੀ ਸੀ ਬਾਹਰ ਕਰਤੀ ਠੀਕ ਹੈ ਬਾਈ ਠੀਕ ਹੈ ਤੇ ਇਹ ਹੋ ਗਏ ਬਾਈ ਜਾਨਵਰ ਆਪਣੇ ਊਂ ਜਿਹੜੇ ਘਰੇ ਰੱਖੇ ਹੋਏ ਨੇ ਹਾਂਜੀ ਤੇ ਇਦੋਂ ਬਾਅਦ ਬਾਈ ਆਪਣੇ ਦੋਸਤਾਂ ਨੂੰ ਆਪਾਂ ਘੋੜੇ ਬਾਰੇ ਤਾਂ ਦੱਸ ਦਈਏ ਜਿਹੜਾ ਲਿਆਂਦਾ ਬਾਈ ਹਨਾ ਮਣੀ ਤੇ ਆਜੋ ਬਾਈ ਤੁਸੀਂ ਵੀ ਆਜੋ ਤੁਸੀਂ ਕਿੱਧਰ ਭੱਜਦੇ ਹੋ ਆਜੋ ਆਜੋ ਤੇ ਮਾਲਕ ਮਾਲਕ ਦਾ ਇਕੱਠੇ ਹੋ ਜਾਓ ਨਾ ਵੀ ਬਾਈ ਦੂਤਰੀ ਫਿਰਦਾ ਕਿਹੜੇ ਦਿੰਦਾ ਇਹ ਸੰਗ ਦਾ ਵਾਲਾ ਬਾਈ ਇਹ ਆਪ ਡਿਊਟੀ ਕਰਦਾ ਬਾਈ ਇਹ ਕਾਲ ਚੜਾਣੀ ਡਾਕਟਰੀ ਕੋਰਸ ਕਰਦਾ ਬਾਈ ਨੌਕਰੀ ਮਿਲ ਗਈ ਇਹਨੂੰ ਤੜਕੇ ਇਹ ਘੋੜੇ ਮਾਰਿਆ ਨਾ ਮੋਟਰਸਾਈਕਲ ਤੇ ਜਾਂਦਾ ਹੁਣ ਡੇਲੀ ਅੱਛਾ ਬਾਈ ਅੱਗੇ ਬਸ ਤੇ ਜਾਂਦਾ ਸੀ ਹੁਣ ਤੜਕੇ ਘੋੜਾ ਦਾਣਾ ਪਾਣੀ ਪਾ ਕੇ ਮਾਸ ਵਗੈਰਾ ਕਰਕੇ ਬਾਈ ਫਿਰ ਡਿਊਟੀ ਜਾਂਦਾ ਆ ਗਿਆ ਨੇ ਕਿਤੇ ਨੀ ਖੜਨਾ ਰਸਤੇ ਚ ਸਿੱਧਾ ਘੋੜੇ ਕੋਲ ਆਉਣਾ ਬਾਈ ਘੋੜੇ ਕੋਲ ਦਾਣਾ ਪਾਣੀ ਚੈੱਕ ਕਰਨਾ ਹੁਣ ਪਾਣੀ ਤਾਂ ਨਹੀਂ ਪੀਣਾ ਫਿਰ ਉਹਦੀ ਮਾਲਸ ਕਰਨੀ ਹੈ ਬਸ ਬਹੁਤ ਬਾਈ ਨੇੜ ਤਾਂ ਬੰਦੇ ਸੰਭਾਈ ਬਹੁਤ ਜ਼ਿਆਦਾ ਸੰਭਾਈ ਹੈ ਬਾਈ ਨੀ ਰੱਖਣ ਦਾ ਬਾਈ ਆਪਾਂ ਇੱਥੇ ਰੱਖਦੇ ਆਪਾਂ ਫਿਰ ਇੰਨੀ ਕੇਅਰ ਨਹੀਂ ਹੁੰਦੀ ਜਿੰਨੀ ਇਹ ਬੰਦਾ ਕਰ ਸਕਦਾ ਸੰਭਾਲ ਬਹੁਤ ਵਧੀਆ ਸੰਭਾਲ ਆ ਬਾਈ ਬਹੁਤ ਸੰਭਾਲ ਆ ਇਹਦਾ ਅਸੀਂ ਤਾਂ ਇਹਨੂੰ ਕਹਿ ਦਿੰਦੇ ਆ ਦਾਣਾ ਨਾ ਬਾਈ ਇਹ ਚੌਕਾ ਦਾ ਕਿਹੜਾ ਦੋ ਦਿਨ ਹੀ ਖਵਾ ਇੱਕ ਵਾਰੀ ਬਾਈ ਹੁਣ ਆਪਣੇ ਦੋਸਤਾਂ ਨੂੰ ਜਿਵੇਂ ਤੁਸੀਂ ਕਹਿੰਦੇ ਨਹੀਂ ਸੀ ਬਾਈ ਆਜੋ ਆਪਣੇ ਮਾੜਾ ਜਿਹਾ ਗਾਂਹ ਵੀ ਹੋ ਜਾਊਗਾ ਪੈਣ ਲੱਗ ਗਿਆ ਇੱਥੇ ਕਿਤੇ ਖੜ ਜਾਂਦੇ ਆ ਬਾਈ ਜਿਵੇਂ ਤੂੰ ਕਹਿੰਦੇ ਬਾਈ ਸਕਦਾ ਹੈਗਾ ਹਨਾ ਉਵੇਂ ਚੌੜ ਕਰਨ ਲੱਗ ਗਏ ਕਈ ਦਿਨ ਹੋ ਗਿਆ ਅਸੀਂ ਗੱਲਾਂ ਚੱਲ ਪਈਆਂ ਮੈਨੂੰ ਕਹਿੰਦਾ ਬਾਈ ਯਾਰ ਆ ਕੇ ਤੂੰ ਇੱਕ ਕੈਮਰੇ ਤੋਂ ਸੰਗਦਾ ਨਹੀਂ ਸੀ ਕਿ ਤੂੰ ਕਿਵੇਂ ਬੋਲਣਾ ਮੈਂ ਭਰਾਵਾ ਸ਼ੁਰੂ 'ਚ ਤਾਂ ਮੈਂ ਵੀ ਸੰਗਦਾ ਸੀ ਸਹੀ ਗੱਲ ਹੈ ਕੈਮਰਾ ਤਾਂ ਪ੍ਰਾਹੁਣੇ ਵਾਂਗੂ ਲੱਗਦਾ ਹੁੰਦਾ ਆਪਾਂ ਇੰਨਾ ਜਦੋਂ ਵੀ ਕੋਈ ਪ੍ਰਾਹੁਣਾ ਆ ਜਾਂਦਾ ਤਾਂ ਆਪਾਂ ਨਹੀਂ ਸੁੰਗੜ ਕੇ ਜੇ ਬਹਿ ਜਾਂਦੇ ਹੁੰਦੇ ਵੀ ਯਾਰ ਪਤਾ ਨਹੀਂ ਕੀ ਬੋਲੇ ਹਨਾ ਹਾਂਜੀ ਹਾਂਜੀ ਉਹ ਕੰਮ ਕਿਹੜੇ ਕਿਹੜੇ ਡਰ ਜਿਹਾ ਲੱਗਦਾ ਹੁੰਦਾ ਬਸ ਹੌਲੀ ਹੌਲੀ ਨਿਕਲ ਜਾਂਦਾ ਹੁਣ ਬਾਈ ਨੂੰ ਵੀ ਹੌਲੀ ਹੌਲੀ ਆਦਤ ਪੈ ਜਾਊ ਆਪੇ ਬੋਲਣ ਦੀ ਹਾਂ ਬਾਈ ਹੌਲੀ ਬੋਲਣਾ ਪਊ ਬਾਈ ਜੇ ਘੋੜਾ ਰੱਖਿਆ ਹਾਂ ਬਾਈ 100 ਭਰਾ ਆਉਣਗੇ 100 ਇੰਟਰਵਿਊ ਆਉਣਗੇ ਵੀਡੀਓ ਵਾਲੇ ਆਉਣਗੇ ਬੋਲਣਾ ਪਊ ਬਾਈ ਕਿੰਨਾ ਟਾਈਮ ਬੋਲਾਂਗੇ ਬੋਲਣੇ ਪਊਗਾ ਬਾਈ ਤੇ ਘੋੜੇ ਦੀ ਬਾਈ ਡਿਟੇਲ ਤਾਂ ਫਿਰ ਦੱਸੀ ਆਪਣੇ ਦੋਸਤਾਂ ਨੂੰ ਬਾਈ ਘੋੜਾ ਇਹ ਆਪ ਇਹ ਮੰਡੀ ਖੁਰਦ ਦਾ ਸ਼ੇਵਲਾ ਬਾਈ ਘੋੜਾ
ਸਾਡੇ ਨਾ ਮਸ਼ਹੂਰ ਪਿੰਡ ਆ ਬਈ ਮੈਸਰਖਾਨਾ, ਠੀਕ ਆ ਬਈ, ਮੇਲਾ ਲੱਗਦਾ ਮਾਤਾ ਦਾ, ਮਸ਼ਹੂਰ ਆ ਬਈ, ਮਸ਼ਹੂਰ ਆ ਬਈ ਪੂਰਾ ਆੜੇ, ਮੰਨ ਲਾ ਇੱਥੋਂ ਨਾਲ ਹੀ ਮੇਰੇ 2 ਕਿਲੋਮੀਟਰ ਤੋਂ ਹੀ ਆ, ਠੀਕ ਆ ਬਈ, ਮੇਰਾ ਪਿੰਡ ਉਦੋਂ ਤੇ ਨਾਲ ਹੀ ਬਈ 3 ਕਿਲੋਮੀਟਰ ਦੇ ਪਿੰਡ ਮੰਡੀ ਖੁਰਦਾ ਬਈ ਇਹਦਾ ਜਿੱਥੇ ਘੋੜਾ ਹੁਣ, ਠੀਕ ਆ ਬਈ, ਹਾਂ ਮੰਡੀ ਮੰਡੀ ਖੁਰਦਾ ਤੇ ਕਿੰਨੀ ਫੀਸ ਤੇ ਬਈ ਚੱਲ ਰਿਹਾ? 25,000 ਤੇ ਬਈ, ਠੀਕ ਆ ਬਈ, ਜੋ ਕਹਿਦਾ ਚੱਲ ਰਿਹਾ, ਹਾਂ ਕੋਈ ਆਪਾਂ ਨੂੰ ਕੋਈ ਲਾਲਚ ਨਹੀਂ ਬਈ ਫੀਸ ਦਾ, ਤਾਂ ਲਾਲਚ ਹੀ ਨਹੀਂ ਆ, ਗੱਲ ਹੀ ਮੁੱਕ ਗਈ, ਫੀਸ ਨਹੀਂ ਤਾਂ ਆਪਾਂ ਗਏ ਨਹੀਂ ਨਾ, ਫੀਸ ਕਰਕੇ ਆਪਾਂ ਘੋੜਾ ਇਹਦੇ ਕਰਕੇ ਲਿਆਂਦਾ, ਠੀਕ ਆਪਦੀ ਖਰਚਾ ਕਰਕੇ ਸਾਰਾ ਕੁਝ ਕਰਕੇ ਆਉਣਾ, ਵਿੱਚ ਬੰਦੇ ਨੂੰ ਕਹੇ ਤਾਂ ਵਿੱਚ ਬੰਦੇ ਹੁੰਦੇ ਆ ਬਾਈ ਯਾਰ 100 ਚ ਕੋਈ ਇੱਕ ਅੱਧਾ ਹੁੰਦਾ ਹਨਾ, ਉਹਦਾ ਕਰਕੇ ਫਿਰ ਕਹਿੰਦੇ ਬਸ ਕਹਿੰਦੇ ਹੁਣ ਗਾ ਹੁਣ ਆਪਾਂ ਆਪਦੀ ਸਟੋਰੀ ਲਾ ਕੇ ਬੈਠਣਾ, ਮੇਲਾ ਦੇਖਾਂ 4 ਦਿਨ ਲਾ ਕੇ ਆਉਂਦੇ, ਫਿਰ ਓਦੇ ਬਸ ਇਹੀ ਗੱਲ ਬਾਤ ਹੋਈ, ਫਿਰ ਉੱਥੇ ਉਦੀ ਵਾਪਸ ਆ ਗਏ, ਕੋਈ ਚੱਕਰ ਨੀ, ਜਿੰਨਾ ਸਾਰੀ 7 ਦਿਨ ਰਹਿਣਾ 8 ਦਿਨ ਰਹਿਣਾ ਜਿੰਨੇ ਮਰਜ਼ੀ ਰਹਿਣਾ, ਕੋਈ ਤਰਾਜ ਨੀ, ਆਪਾਂ ਕੋਈ ਭਰਾ ਆ ਜੇ ਰਹਿਣਾ ਹੋਵੇ ਰਹਿਵੇ ਬਾਈ ਜੀ, ਕੋਈ ਚੱਕਰ ਨੀ, ਬਾਕੀ ਨਾ ਬਾਈ ਮੇਨ ਗੱਲ ਪਤਾ ਕੀ ਆ, ਅਸੀਂ ਇਹ ਜਗ੍ਹਾ ਤੋਂ ਨੰਗੇ ਹੋਏ ਆ, ਸਾਨੂੰ ਪਤਾ ਵੀ ਅਸੀਂ ਘੋੜਿਆਂ ਰੱਖਦੇ ਕਿੰਨੇ ਘੋੜਿਆਂ ਲਈ, ਮੰਨ ਲਾ ਵੀ ਫੀਲਿੰਗ ਸਾਲੀ ਹੋਰ ਹੋ ਜਾਂਦੀ, 2-3 ਸਾਲ ਬਾਈ ਜਗਤਾਰ ਅੰਕਲ ਤੁੰਗਾਲੀ ਦਾ ਬਹੁਤ ਧੰਨਵਾਦ ਕਰਦੇ ਆ, ਜਿਨ੍ਹਾਂ ਨੇ ਸਾਨੂੰ ਰੱਖਿਆ, ਸਾਨੂੰ ਖਾਣ ਪੀਣ ਕਰਿਆ, ਸਾਨੂੰ ਚਾਹ ਪਾਣੀ, ਸਾਨੂੰ ਟਰਾਲੇ ਚ ਆਉਂਦਾ ਸੀ, ਅਸੀਂ ਉਹਦਾ ਅੰਕਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ, ਜਗਤਾਰ ਅੰਕਲ ਦਾ, ਠੀਕ ਹੈ, ਤੁੰਗਲ ਦਾ ਅੰਕਲ ਆੜੇ ਜਗਤਾਰ ਨਾਲ ਹੀ ਪਿੰਡ ਆ ਬਈ, ਇੱਥੋਂ ਬਹੁਤ ਸਿਆਣੇ ਅੰਕਲ ਆ ਬੰਦੇ ਆਪਣੇ, ਉਹਨਾਂ ਦੀ ਬਹੁਤ ਬਹੁਤ ਧੰਨਵਾਦ ਸਟੋਰੀ, ਆਪਾਂ ਸਾਲ ਜੀ ਮੈਂ ਵਧੀਆ ਰੱਖਿਆ ਜੀ ਆਪਣੇ ਬੇਟਾ ਨੂੰ, ਜਵਾਂਗਾ ਮੁਸਤਫਾ ਜੀ ਬਾਈ, ਟਰਾਲੇ ਚਾਹ ਰੋਟੀ ਆਉਂਦੀ ਰਹੀ, ਐਵੇਂ ਮਾੜਾ ਕਹਿ ਨਹੀਂ ਜਾਂਦਾ ਬੰਦੇ, ਜਿਹੜੇ ਨਾ ਖਾਲੀ ਕਹਿੰਦੇ ਹੁੰਦੇ ਨਮਕ ਖਾ ਆਰਾਮ ਕਰਨਾ, ਉਹ ਕੰਮ ਨਹੀਂ ਕਰਦੇ ਜੀ, ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਗਤਾਰ ਅੰਕਲ ਦੇ, ਬਾਕੀ ਬਾਈ ਵਾਹਿਗੁਰੂ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਪਰਮਾਤਮਾ, ਇਹ ਲੋਟੀ ਜਿਹੜਾ ਨਾ ਬੰਦਾ ਆਵੇ ਖੁਸ਼ ਹੋ ਕੇ ਜਾਵੇ, ਖੁਸ਼ ਹੋ ਕੇ ਫੀਸ ਦੇ ਕੇ ਜਾਵੇ, ਖੁਸ਼ ਹੋ ਕੇ ਘੋੜਾ ਛੱਡਾ, ਬਾਕੀ ਵੱਡੀ ਗੱਲ ਆ ਬਈ ਇਹ ਚੀਜ਼ ਸੋਹਣੀ ਲੱਗੀ ਵੀ ਤਿੰਨੇ ਵੀਰਾਂ ਨੇ ਰਲ ਕੇ ਬਈ ਰਲ ਕੇ ਸਾਡੇ ਇਹ ਘਰ ਦੇ ਬਈ ਡਰਦੇ ਸੀਗੇ ਵੀ ਤੁਸੀਂ ਆਪ ਚ ਕਿਤੇ ਜਵਾਕ ਫਰਕ ਨਾ ਪਾਓ, ਤੁਸੀਂ ਨਹੀਂ ਇਹ ਤਾਂ ਸੋਚਣੀ ਨੀ, ਦੋਸਤੋ ਬਾਈ ਦਾ ਬਛੇਰਾ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਇੱਕ ਬਛੇਰੀ ਸੇਲ ਵਾਸਤੇ, ਦੂਜੇ ਜਾਨਵਰ ਚਲੋ ਉਹੀ ਦਿਖਾਏ ਸੀ ਆਪਾਂ ਤੁਹਾਨੂੰ, ਤੇ ਘੋੜੇ ਦੀ ਫੀਸ ਆ ਬਾਈਆਂ ਦੇ 25,000 ਰੁਪਇਆ, ਮੈਂ ਤੁਹਾਨੂੰ ਤਿੰਨਾਂ ਵੀਰਾਂ ਦੇ ਨੰਬਰ ਦੇ ਦਿੰਦਾ ਜੀ, ਬਾਈ ਨਵੀ ਦਾ, ਬਾਈ ਕੁਲਵੰਤ ਦਾ, ਬਾਈ ਮਣੀ ਦਾ, ਤੁਸੀਂ ਫੋਨ ਚੱਕ ਕੇ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ, ਸੈਟਿੰਗ ਕਰ ਸਕਦੇ ਹੋ, ਬਾਕੀ ਐਡਰੈਸ ਪਤਾ ਬਾਈਆਂ ਨੇ ਤੁਹਾਨੂੰ ਦੱਸ ਹੀ ਦਿੱਤਾ, ਅਤੇ ਇੱਧਰ ਆਪਣਾ ਬਾਈ ਖੜਾ ਜੀ ਟੈਟੂ ਵਾਲਾ, ਇਹ ਬਾਈ ਦੀਆਂ ਵੈਸੇ ਤੁਸੀਂ ਆਪਦੀਆਂ ਬਾਹਾਂ 'ਤੇ ਵੀ ਦੇਖ ਸਕਦੇ ਹੋ ਟੈਟੂ, ਬਹੁਤ ਸੋਹਣੇ ਬਣੇ ਹੋਏ ਆ,
ਤੇ ਬਹੁਤ ਹੀ ਸੋਹਣਾ ਕੰਮ ਆ ਬਾਈ ਦਾ ਹਨਾ ਬਾਈ ਸੋਹਣਾ ਤੇ ਬੜੇ ਬਾਈ ਮੜਾ ਦੱਸੇਗਾ ਆਪਣਾ ਪਹਿਲਾਂ ਤਾਂ ਸ਼ੋਕ ਨਾ ਹੁੰਦਾ ਆਪਣੇ ਦੋਸਤ ਮੇਰਾ ਨਾਮ ਬਾਈ ਜਸਕਰਨ ਸਿੰਘ ਹੈ ਠੀਕ ਆ ਬਾਈ ਤੇ ਬਠਿੰਡੇ ਆਪਣੀ ਵੀਰੇ ਸ਼ੋਪ ਆ ਅਸੀਂ ਫੁੱਟੀ ਰੋਡ ਸਟੇਡੀਅਮ ਦੀ ਬੈਕ ਸਾਈਡ ਸਟੇਡੀਅਮ ਦੇ ਪਿੱਛੇ ਰਹਿ ਗਈ ਵਾਲਾ ਅਸੀਂ ਫੁੱਟੀ ਰੋਡ ਤੇ ਬਾਈ ਹਾਂਜੀ ਹਾਂਜੀ ਬਾਈ ਤੇ ਕਿੰਨਾ ਟਾਈਮ ਹੋ ਗਿਆ ਬਾਈ ਕੰਮ ਕਰਦੇ ਨੂੰ ਟੈਟੂ ਦਾ 6 ਸਾਲ ਹੋ ਗਏ ਬਾਈ ਠੀਕ ਆ ਬਾਈ 6 ਸਾਲ ਹੋ ਗਏ ਤੁਸੀਂ ਨਾ ਦੋਸਤੋ ਬਾਈ ਦੇ ਪੇਜ ਤੇ ਜਾ ਕੇ ਦੇਖੋ ਪਰ ਬਹੁਤ ਸੋਹਣੇ ਸੋਹਣੇ ਟੈਟੂ ਬਣਾਏ ਨੇ ਪੇਜ ਦਾ ਨਾਮ ਕੀ ਹੈ ਬਾਈ ਆਪਣੇ ਦਾ ਆਪਣੇ ਪੇਜ ਦਾ ਨਾਮ ਹੈ ਬਾਈ ਲਾਈਨ ਅਪ ਟੈਟੂ ਲਾਈਨ ਅਪ ਟੈਟੂ ਹਾਂਜੀ ਹਾਂਜੀ ਲਾਈਨ ਅਪ ਟੈਟੂ ਤੁਸੀਂ ਇੰਸਟਾਗ੍ਰam ਤੇ ਭਰ ਕੇ ਦੇਖ ਲਓ ਦੋਸਤੋ ਬਹੁਤ ਹੀ ਸੋਹਣੇ ਬਾਈ ਨੇ ਟੈਟੂ ਬਣਾਏ ਹੋਏ ਨੇ ਤੇ ਬਾਕੀ ਦੋਸਤੋ ਮੈਂ ਤੁਹਾਨੂੰ ਇਹ ਕਹੂੰਗਾ ਹਾਂ ਹਾਂਜੀ ਬਾਈ ਠੀਕ ਆ ਬਾਈ ਕਰਾਈ ਆ ਬਾਈ ਆਪਣਾ ਬਹੁਤ ਨੇੜ ਤਾਂ ਜਦੋਂ ਬੰਦੇ ਕੋਲ ਜਾਂਦੇ ਆ ਬਾਈ ਬਹੁਤ ਜਦ ਮਨ ਕਰਦਾ ਬਹੁਤ ਸੇਵਾ ਕਰਦਾ ਬਾਈ ਬਾਈ ਆਹੀ ਹੁੰਦਾ ਭਰਾਵਾਂ ਚ ਮੋਹ ਪਿਆਰੀ ਵੱਡੀ ਚੀਜ਼ ਆ ਬਾਈ ਸਹੀ ਗੱਲ ਆ ਬਾਈ ਸਹੀ ਗੱਲ ਤੇ ਤੁਸੀਂ ਦੋਸਤੋ ਬਸ ਵੀਡੀਓ ਨੂੰ ਆਪਣੇ ਸਾਰੇ ਭਰਾਵਾਂ ਚ ਅੱਗੇ ਸ਼ੇਅਰ ਜ਼ਰੂਰ ਕਰਿਓ ਘੋੜੇ ਘੋੜੀਆਂ ਵਾਲਿਆਂ ਚ ਕਿਉਂਕਿ ਬਾਈਆਂ ਨੇ ਵੀ ਨਵਾਂ ਕੰਮ ਕਰਿਆ ਤੇ ਸਪੋਰਟ ਦੀ ਤੁਹਾਡੀ ਦੀ ਬਹੁਤ ਲੋੜ ਆ ਹਾਂਜੀ ਬਾਕੀ ਦੋਸਤੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਵੀਡੀਓ ਜ਼ਰੂਰ ਸ਼ੇਅਰ ਕਰਿਓ ਅੱਛੀ ਗੱਲ ਆ